ਦੋਸਤੋ, ਰਾਤ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਹਵੇਲੀ ਤੋਂ ਲਾਈਵ ਆਉਣਾ ਪਿਆ। ਕਾਰਨ ਕੀ ਸੀ? ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਨੂੰ ਵੀ ਸ਼ੇਅਰ ਕੀਤਾ। ਕਾਰਨ ਇਹ ਆ ਕਿ ਪੰਜਾਬ ਗਵਰਨਮੈਂਟ ਵੱਲੋਂ ਛੋਟੇ ਸਿੱਧੂ ਮੂਸੇਵਾਲੇ ਦੇ ਲੀਗਲ ਡਾਕੂਮੈਂਟ ਮੰਗੇ ਜਾ ਰਹੇ ਨੇ ਅਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਅਤੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਵੀ FIR ਵੀ ਹੋ ਸਕਦੀ ਆ। ਰਾਤੀ ਪਰੇਸ਼ਾਨ ਹੋ ਕੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੂੰ ਲਾਈਵ ਆਉਣਾ ਪਿਆ ਇੰਸਟਾਗ੍ਰਾਮ ਅਕਾਊਂਟ 'ਤੇ ਅਤੇ ਪੂਰੇ ਮਾਫੀਆ ਸਟਾਈਲ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੀ ਐਂਟਰੀ ਹੋਈ ਆ। ਹਲੇ ਤਾਂ ਇਹ ਬੋਲਣ ਵੀ ਨਹੀਂ ਲੱਗਿਆ, ਫਿਰ ਵੀ FIR ਦੀ ਤਿਆਰੀ ਚੱਲ ਰਹੀ ਆ। ਕੀ ਕਹਿਣਾ ਚਾਹੋਗੇ ਦੋਸਤੋ ਇਸ ਦੇ ਬਾਰੇ? ਬਾਕੀ ਸਾਡਾ ਨਿੱਕਾ ਸਿੱਧੂ ਆਪਣੇ ਲੀਗਲ ਡਾਕੂਮੈਂਟ ਪਰਮਾਤਮਾ ਵੱਲੋਂ ਬਣਾ ਕੇ ਲਿਆ। ਕਰਦਿਆਂ ਨੂੰ ਤਾਂ ਸਵਾਲ ਕਰ ਲਓ ਸਰਕਾਰ ਅਤੇ ਪ੍ਰਸ਼ਾਸਨ, ਮਾਂ ਬਾਪ ਤਾਂ ਆਪਣੇ ਕਾਗਜ਼ ਪੇਸ਼ ਵੀ ਕਰ ਦੇਣਗੇ, ਪਰਮਾਤਮਾ ਤੋਂ ਕਿਹੜੇ ਕਾਗਜ਼ਾਂ ਦੀ ਮੰਗ ਕਰਨੀ ਹੈ? ਅਜੇ ਤਾਂ ਉਹ 2 ਦਿਨ ਦਾ ਮਾਸਾ ਹੋਇਆ ਹੈ, ਇੰਨਾ ਖੌਫ। ਵਾਹਿਗੁਰੂ ਜੇ ਉਹਨੂੰ ਭੇਜ ਸਕਦਾ ਤਾਂ ਉਹਦੀ ਰੱਖਿਆ ਵੀ ਆਪ ਕਰੂੰ। ਅਤੇ ਦੇਖਿਓ ਸੈਰੀ ਮਨ ਕੀ ਬੋਲਿਆ ਛੋਟੇ ਸਿੱਧੂ ਬਾਰੇ। ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ 'ਚ ਵੀਡੀਓ ਦਾ ਲਿੰਕ ਆ। ਧੰਨਵਾਦ।